ਅੱਜ ਤੁਹਾਨੂੰ ਬਟਾਲਾ ਦੇ ਵਿੱਚ ਐਸੀ ਚੀਜ਼ ਦਿਖਾਉਂਦੇ ਹਾਂ ਜਿਹੜੀ ਹਰ ਇੱਕ ਵਰਗ ਨੂੰ ਲੋੜ ਹੁੰਦੀ ਹੈ, ਉਹ ਹੈਗਾ ਆਪਣੇ ਕੱਪੜੇ। ਕੱਪੜੇ ਜਿਹੜੇ ਬਟਾਲਾ ਦੇ ਵਿੱਚ ਇੱਕ ਮੋਦੀਖਾਨਾ ਖੁੱਲ੍ਹਿਆ ਜਿੱਥੇ ਹਰ ਇੱਕ ਵਿਅਕਤੀ ਹਰ ਇੱਕ ਵਰਗ ਦਾ ਕੱਪੜਾ ਲੈ ਕੇ ਜਾ ਸਕਦਾ ਹੈ, ਕਿਉਂਕਿ ਇੱਥੇ ਜਿਹੜੇ ਆ 13 ਰੁਪਏ ਦੇ ਵਿੱਚ ਕੋਈ ਵੀ ਆਣ ਕੇ ਕੱਪੜਾ ਲੈ ਕੇ ਜਾ ਸਕਦਾ, ਔਰ ਕੋਈ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਨਹੀਂ ਵੀ ਕੱਪੜੇ ਚਾਹੀਦੇ ਉਹ ਇੱਥੇ ਦੇਖ ਵੀ ਜਾ ਸਕਦਾ ਕੱਪੜੇ ਆਪਣੇ। ਆਪਾਂ ਗੱਲ ਵੀ ਕਰਾਂਗੇ ਇੱਥੇ ਗੱਲ ਵੀ ਕਰਾਂਗੇ। ਭਾਅ ਜੀ ਕੀ ਨਾਮ ਤੁਹਾਡਾ? ਵੀਰ ਜੀ, ਕਲਗੀਧਰ ਵੈਲਫੇਅਰ ਫਾਊਂਡੇਸ਼ਨ ਦਾ ਬਾਨੀ, ਮੈਂ ਗੁਰਪ੍ਰੀਤ ਸਿੰਘ ਮੇਰਾ ਨਾਂ ਜੇ। ਸਰ, ਆਪਣੀ ਸੰਸਥਾ ਬਾਰੇ ਦੱਸ ਦਿਓ ਅਤੇ ਇੱਕ ਆ ਜਿਹੜਾ ਤੁਸੀਂ ਮੋਦੀਖਾਨਾ ਖੋਲ੍ਹਿਆ ਇਹਦੇ ਬਾਰੇ ਦੱਸ ਦਿਓ। ਵੀਰ ਜੀ, ਪਿਛਲੇ 5-6 ਸਾਲ ਤੋਂ ਇਹ ਬਟਾਲੇ ਦੇ ਵਿੱਚ ਪ੍ਰੇਮ ਨਗਰ ਇੱਥੇ ਸੇਵਾ ਚੱਲਣ ਡੀ ਆ। ਇੱਥੇ ਜਿਹੜਾ ਇਹ 13-13 ਹੱਟ ਖੋਲ੍ਹਿਆ ਗਿਆ ਵੀ ਇਸੇ ਕਰਕੇ ਖੋਲ੍ਹਿਆ ਗਿਆ ਵੀ ਜੋ ਵੀ ਲੋੜਵੰਦ ਇਨਸਾਨ ਉਹਨੂੰ ਕੱਪੜੇ ਦੀ ਗਰਜ਼ ਜਾਂ ਕੋਈ ਬੱਚੇ ਆ ਸਾਡੇ ਕਿਤਾਬਾਂ ਨਹੀਂ ਹੈ ਨਾ ਲੈ ਪਾਉਂਦੇ, ਬੜੀਆਂ ਮਹਿੰਗੀਆਂ ਮਿਲਦੀਆਂ ਨੇ, ਉਹ ਅਸੀਂ ਇੱਥੇ 13 ਰੁਪਏ ਦੇ ਵਿੱਚ ਹੀ ਦਿੰਦੇ ਹਾਂ 13-13 ਹੱਟ ਦੇ ਵਿੱਚ। ਜਿਹੜੇ ਕੱਪੜੇ ਆ ਇਹ ਫਿਰ ਕੌਣ ਕੌਣ ਲੈ ਕੇ ਜਾਂਦਾ ਇੱਥੋਂ, ਕਿਸ ਤਰ੍ਹਾਂ ਦੇ ਵਰਗ ਦੇ ਲੋਕ ਲੈ ਕੇ ਜਾਂਦੇ? ਵੀਰ ਜੀ, ਇੱਥੇ ਜ਼ਿਆਦਾ ਤਾਂ ਲੋੜਵੰਦ ਤਬਕਾ ਹੀ ਆਉਂਦਾ ਵਾ, ਕਿਉਂਕਿ ਜਿਹੜਾ ਅਮੀਰ ਆ ਉਹ ਤਾਂ ਤੁਹਾਨੂੰ ਪਤਾ ਸ਼ੋਰੂਮਾਂ ਦੇ ਵਿੱਚ ਜਾ ਕੇ ਗਰਜ਼ ਪੂਰੀ ਕਰ ਲੈਂਦੇ, ਪਰ ਇੱਥੇ ਬੜੀ ਵਧੀਆ ਸੇਵਾ ਚੱਲਣ ਡੀ। ਜਿਹੜੇ ਜਿੰਨਾ ਕੋਲ ਵਾਧੂ ਕੱਪੜਾ ਘਰਾਂ ਦੇ ਵਿੱਚ ਪਿਆ ਹੁੰਦਾ, ਕਿਸੇ ਕੰਮ ਨਹੀਂ ਹੁੰਦਾ ਹੈ ਨਾ, ਉਹ 13-13 ਹੱਟ ਦੇ ਜ਼ਰੀਏ ਆਪਾਂ ਲੋੜਵੰਦ ਦੇ ਜਿਹੜੇ ਉੱਥੋਂ ਤੱਕ ਪਹੁੰਚਾ ਸਕਦੇ ਹਾਂ। ਕਿਸੇ ਦਾ ਤਨ ਟੱਕਣਾ ਵੀਰ ਜੀ ਸਭ ਨੂੰ ਵੱਡੀ ਸੇਵਾ ਜੀ। ਇਹ ਫਿਰ ਕੱਪੜੇ ਛਾਂਟੇ ਜਾਂਦੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਫਿਰ ਧੋਤੇ ਬਣਾਤਾ ਜਾਂਦਾ ਜੀ, ਰੂਹ ਲੈ ਕੇ ਜਾਂਦੇ ਤੁਸੀਂ? ਹਾਂਜੀ ਵੀਰ ਜੀ, ਜਦੋਂ ਸਾਡੇ ਕੋਲ ਕੱਪੜੇ ਆਉਂਦੇ ਨੇ ਸਾਡੇ ਸੇਵਾਦਾਰ ਇਹਨਾਂ ਦੀ ਛਾਂਟੀ ਕਰਦੇ ਨੇ, ਜਿਹੜਾ ਕੋਈ ਫਟਿਆ ਉਹਨੂੰ ਸਿਲਾਈ ਕਰਨਾ, ਅੱਬਲ ਤਾਂ ਸਾਰਿਆਂ ਨੂੰ ਇੱਕ ਵਾਰ ਸਾਫ਼ ਕੀਤਾ ਜਾਂਦਾ ਵਾ, ਪ੍ਰੈਸ ਕਰਕੇ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਦਿੱਤਾ ਜਾਂਦਾ ਵਾ, ਅਤੇ ਸੇਵਾਦਾਰ ਵੀ ਸਾਡੇ ਨਾਲ ਬੜੀ ਵੱਡੀ ਮਾਤਰਾ ਦੇ ਨਾਲ ਜੁੜੇ ਹੋਏ ਨੇ। ਫਿਰ ਇਹਦੀ ਅਪਰੋਚ ਕਿਸ ਤਰ੍ਹਾਂ ਕੀਤੀ ਜਾਂਦੀ ਲੋਕਾਂ ਨੂੰ, ਜਿਸ ਤਰ੍ਹਾਂ ਕਹਿਣਾ ਪੈਂਦਾ ਵੀ ਸਾਨੂੰ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਕੱਪੜੇ ਦਿੱਤੇ ਜਾਣ, ਉਹ ਫਿਰ ਕਹਿਣਾ ਪੈਂਦਾ ਤੁਹਾਨੂੰ ਘਰ ਘਰ ਜਾ ਕੇ? ਹਾਂਜੀ ਵੀਰ ਜੀ, ਇਹ ਨਾ ਸਾਡਾ ਸੋਸ਼ਲ ਮੀਡੀਆ ਦਾ ਬੜਾ ਵਧੀਆ ਇੱਕ ਜ਼ਰੀਆ ਵਾ, ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਯੁੱਗ ਆ, ਅਤੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਇੱਕ ਸੰਦੇਸ਼ ਜਿਹੜਾ ਵਾ ਉਹ ਸਾਡੇ ਉਹ ਵੀਰਾਂ ਤੱਕ ਪਹੁੰਚ ਜਾਂਦਾ ਵਾ, ਅਤੇ ਉਹ ਸਾਨੂੰ ਕੱਪੜੇ ਇੱਥੇ ਪੁੱਜਦਾ ਕਰ ਦਿੰਦੇ ਨੇ, ਅਤੇ ਬੜੀ ਵਧੀਆ ਸੇਵਾ ਪਿੱਛੇ ਚੱਲਣ ਦੀ ਪਿਛਲੇ 6 ਸਾਲ ਤੋਂ। ਬਟਾਲੇ ਦੇ ਲੋਕ ਹੀ ਬਟਾਲੇ ਜੀ ਕਰਦੇ ਤੁਸੀਂ ਕਿ ਬਟਾਲੇ ਤੋਂ ਬਾਹਰ ਵੀ ਜਾ ਕੇ? ਨਹੀਂ ਵੀਰ ਜੀ, ਇਹਦੀ ਤਾਜ਼ਾ ਉਦਾਹਰਨ ਦਿੰਦਾ ਵੀ ਪਟਿਆਲੇ ਦੇ ਵਿੱਚ ਇੱਕ ਸ਼ੋਰੂਮ ਬੰਦ ਹੋਇਆ ਸੀਗਾ, ਉਹਨਾਂ ਦਾ ਬਾਹਰ ਦਾ ਵੀਜ਼ਾ ਲੱਗ ਗਿਆ, ਉਹਨਾਂ ਨੇ ਸਾਨੂੰ ਸਾਰੇ ਨਵੇਂ ਕੱਪੜੇ ਚੁਕਾਤੇ, ਜਿਹੜੇ ਅਸੀਂ ਹਜ਼ਾਰਾਂ ਦੇ ਕੱਪੜੇ ਸੀਗੇ, ਹਜ਼ਾਰ ਦੋ ਹਜ਼ਾਰ ਦੀ ਜੈਕਟ ਹੋਣੀ ਜਿਹੜੀ ਇੱਥੇ 13 ਰੁਪਏ ਦੇ ਵਿੱਚ ਹੀ ਦਿੱਤੀ ਆ। ਬੜੇ ਬੜੇ ਤਕੜੇ ਦਾਨੀ ਵੀਰ ਜੀ ਬੈਠੇ ਨੇ, ਅਤੇ ਸਾਰਾ ਸੋਸ਼ਲ ਮੀਡੀਆ ਦਾ ਯੁੱਗ ਆ, ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਨਾਲ ਜੁੜਦੇ ਨੇ, ਲੋੜਵੰਦ ਵੀ ਜੁੜਦਾ ਵਾ ਅਤੇ ਦਾਨੀ ਵੀਰ ਵੀ ਜੁੜ ਜਾਂਦੇ ਨੇ। 13 ਰੁਪਏ ਕਿਉਂ ਹੀ ਫ੍ਰੀ ਨਹੀਂ ਤੁਸੀਂ ਦੇ ਸਕਦੇ ਕਿ ਵੈਸੇ 13 ਰੁਪਏ ਦਾ ਕੋਈ ਕਾਰਨ ਹੈ ਰੱਖਣਾ? 13 ਰੁਪਏ ਦਾ ਵਿੱਚ ਇਹ ਕਾਰਨ ਸੀ ਵੀਰ ਜੀ, ਜਿਹੜਾ ਕੋਈ ਵੀ ਲੈ ਕੇ ਜਾਊਗਾ ਨਾ, ਖਰੀਦ ਕੇ ਲੈ ਕੇ ਜਾਊਗਾ, ਉਹਨੂੰ ਵੀ ਪਤਾ ਹੋਊਗਾ ਵੀ ਮੈਂ ਚੀਜ਼ ਖਰੀਦ ਕੇ ਖੜੀ ਹੈ। ਇੱਦਾਂ ਪਹਿਲਾਂ ਫ੍ਰੀ ਵੰਡਦੇ ਆ, ਫਿਰ ਨਿਰਾਦਰ ਜਿਹਾ ਹੁੰਦਾ ਸੀਗਾ, ਅਤੇ ਇੱਦਾਂ ਜਿਹੜਾ ਵੀ ਕੋਈ ਲੈ ਕੇ ਵੀ ਜਾਊਗਾ ਉਹਨੂੰ ਪਤਾ ਹੋਊਗਾ ਮੈਂ ਮੁੱਲ ਲੈ ਕੇ ਚੱਲਿਆ ਵਾਂ, ਵੀ ਇੱਦਾਂ ਮੈਂ ਫ੍ਰੀ ਨਹੀਂ ਲੈ ਕੇ ਚੱਲਿਆ, ਇਸ ਕਰਕੇ ਸਿਰਫ 13 ਰੁਪਏ ਰੱਖਿਆ ਦਾ। ਕਿੱਦਾਂ ਦੇ ਕੱਪੜੇ ਹੁੰਦੇ ਆ, ਕਿਸ ਤਰ੍ਹਾਂ ਦੇ ਕੱਪੜੇ ਹੀ ਸਿਰਫ ਹੁੰਦੇ ਕਿ ਕੋਈ ਚਾਦਰਾਂ ਜਾਂ ਕੰਬਲ ਵਗੈਰਾ ਕੁਛ ਵੀ ਇੱਥੋਂ ਲੈ ਕੇ ਜਾ ਸਕਦੇ? ਵੀਰ ਜੀ, ਹਰ ਤਰ੍ਹਾਂ ਦਾ ਰਜਾਈਆਂ, ਤਲਾਈਆਂ, ਸਰਦੀਆਂ ਦੇ ਵਿੱਚ ਤੁਸੀਂ ਮੰਨਣਾ ਨਹੀਂ ਵੀ ਕੰਬਲ, ਰਜਾਈਆਂ, ਤਲਾਈਆਂ, ਕਿਤਾਬਾਂ ਦਾ ਜਿਹੜਾ ਵਾ ਉਹ ਲੰਗਰ ਲਾਇਆ ਗਿਆ, ਹੁਣ ਜ਼ਿਆਦਾ ਲੋੜ ਆ ਕਿਤਾਬਾਂ ਦੇ ਲੰਗਰ ਲਾਉਣ ਦੀ, ਕਿਉਂਕਿ ਐਜੂਕੇਸ਼ਨ ਹਰ ਘਰ ਘਰ ਤੱਕ ਪਹੁੰਚਣੀ ਚਾਹੀਦੀ ਆ। ਅਤੇ ਮੈਂ ਤੁਹਾਡੇ ਰਾਹੀਂ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਸਾਡੇ ਘਰਾਂ ਦੇ ਵਿੱਚ ਬੜੀਆਂ ਕਿਤਾਬਾਂ ਇਹੋ ਜਿਹੀਆਂ ਪਈਆਂ ਹੁੰਦੀਆਂ ਜਿਹੜੀਆਂ ਸਾਡੇ ਬੱਚਿਆਂ ਨੇ ਐਵੇਂ ਵਰਤ ਕੇ ਅਤੇ ਬਸ ਉਹ ਕਿ ਨੁਕਰੇ ਪਈਆਂ ਨੇ, ਠੀਕ ਆ ਨਾ, ਅਤੇ ਉਹ ਇੱਥੇ 13-13 ਹੱਟ ਤੱਕ ਪਹੁੰਚਾਓ, ਅਤੇ ਤਾਂ ਕਿ ਅਸੀਂ ਲੋੜਵੰਦਾਂ ਨੂੰ ਉਹ ਪੁੱਜਤਾ ਕਰ ਦਈਏ ਉਹਨਾਂ ਤੱਕ। ਸਰ, ਜੇ ਤੁਹਾਡੇ ਤੱਕ ਪਹੁੰਚ ਕਰਨੀ ਹੋਏ ਕਿਸੇ ਨੂੰ ਕੱਪੜੇ ਦੇਣੇ ਹੋਣ, ਕੋਈ ਇੱਥੇ ਪਹੁੰਚ ਕਰਨੀ ਹੈ, ਤਾਂ ਫਿਰ ਕਿਸ ਤਰ੍ਹਾਂ ਪਹੁੰਚ ਕਰੇਗਾ ਆਪਣਾ ਐਡਰੈਸ ਵਗੈਰਾ? ਹਾਂਜੀ ਹਾਂਜੀ, ਇਹ ਨਾ ਪ੍ਰੇਮ ਨਗਰ, ਜੇ ਪ੍ਰੇਮ ਨਗਰ ਗੁਰਦੁਆਰਾ ਸਾਹਿਬ ਦੇ ਕੋਲ ਆ, ਅਤੇ 97-800-698 ਸਾਡਾ ਨੰਬਰ ਆ, ਅਤੇ ਇੱਥੇ ਪ੍ਰੇਮ ਨਗਰ ਕੈਂਪ ਦੀ ਬੈਕ ਸਾਈਡ 'ਤੇ ਬੋੜਾਂਵਾਲ। ਜਿਹੜੇ ਗੁਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ ਜਿਹੜੇ ਲੋੜਵੰਦ ਹੁੰਦੇ ਇੱਥੇ ਕੱਪੜੇ ਦੇ ਜਾਂਦੇ, ਅਤੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਕੱਪੜੇ ਲੈਣ ਦੀ ਉਹ ਇੱਥੋਂ ਕੱਪੜੇ ਲੈ ਵੀ ਜਾਂਦਾ 13 ਰੁਪਏ 'ਚ। ਮੈਂ ਬਟਾਲਾ ਤੋਂ ਵਿੱਕੀ ਮਲਿਕ।